41ਵੇਂ GSBS ਲਿਬਰਲ ਸਰ ਭਾਰਤੀ ਹਾਕੀ ਟੂਰਨਾਮੈਂਟ ਦੇ 7ਵੇਂ ਦਿਨ ਸਥਾਨਕ ਪੰਜਾਬ ਪਬਲਿਕ ਸਕੂਲ ਗਰਾਊਂਡ ਵਿਖੇ ਫਾਈਨਲ ਮੈਚ ਹੋਇਆ। ਇਸ ਦੌਰਾਨ ASC ਜਲੰਧਰ ਅਤੇ AME ਜਲੰਧਰ ਵਿਚਕਾਰ ਸਖਤ ਮੁਕਾਬਲਾ ਹੋਇਆ। ਆਖਿਰਕਾਰ AME ਜਲੰਧਰ ਨੇ ASC ਜਲੰਧਰ 3-1 ਦੇ ਨਾਲ ਹਰਾ ਕੇ ਟਰਾਫੀ ਤੇ ਕਬਜ਼ਾ ਕਰ ਲਿਆ। ਮੈਚ ਵਿੱਚ ਮੁੱਖ ਮਹਿਮਾਨ ਵਜੋਂ ਆਏ IPS ਵਿਜੀਲੈਂਸ ਬਿਊਰੋ ਪੰਜਾਬ ਅਮਰਦੀਪ ਸਿੰਘ ਰਾਏ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਟੂਰਨਾਮੈਂਟ ਕਮੇਟੀ ਦੀ ਸ਼ਲਾਘਾ ਕੀਤੀ। ਟੀਮਾਂ ਨੇ ਪੰਜਾਬ ਸਰਕਾਰ ਤੋਂ ਨਾਭਾ ਵਿੱਚ ਅਸਟ੍ਰੋਟਰਫ ਲਗਾਉਣ ਦੀ ਮੰਗ ਕੀਤੀ ਹੈ। ਦੋਵੇਂ ਟੀਮਾਂ ਨੇ ਪਹਿਲੇ ਅੱਧ ਤੱਕ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਜਿਸ ਕਾਰਨ ਮੈਚ ਦੇ ਅੱਧ ਤੱਕ ਦੋਵੇਂ ਟੀਮਾਂ ਬਰਾਬਰੀ ਤੇ ਰਹੀਆਂ। ਦੂਜੇ ਅੱਧ ਦੇ ਸ਼ੁਰੂ ਵਿੱਚ ਹੀ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਗੋਲ ਕਰਨ ਦੀ ਪੂਰਾ ਜ਼ੋਰ ਲਾਉਣਾ ਸ਼ੁਰੂ ਕਰਤਾ ਅਤੇ ਕਾਮਯਾਬੀ ਵੀ ਹਾਸਲ ਕੀਤੀ। ਮੈਚ ਦਾ ਅੰਤ 3-1 ਗੋਲਾਂ ਨਾਲ ਖਤਮ ਹੋਇਆ। EME ਜਲੰਧਰ ਨੇ 3-1 ਨਾਲ ਜਿੱਤ ਕੇ ਟਰਾਫੀ ਤੇ ਕਬਜ਼ਾ ਕੀਤਾ। ਟੂਰਨਾਮੈਂਟ ਕਮੇਟੀ ਵੱਲੋਂ ਜੇਤੂ ਟੀਮ ਨੂੰ 1,00,000 ਰੁਪਏ ਅਤੇ ਸੈਕਿੰਡ ਟੀਮ ਨੂੰ 50,000 ਰੁਪਏ ਦਾ ਇਨਾਮ ਦਿੱਤਾ ਗਿਆ ਅਤੇ ਬਾਕੀ ਖਿਡਾਰੀਆਂ ਨੂੰ ਦੇਸੀ ਘਿਓ ਦਾ 1-1 ਡੱਬਾ ਵੀ ਦਿੱਤਾ ਗਿਆ। ਅੱਜ ਮੈਚਾਂ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ। ਜੇਤੂ ਟੀਮ ਵੱਲੋਂ ਖੂਬ ਭੰਗੜੇ ਵੀ ਪਾਏ ਗਏ। ਸਰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਕਾਫੀ ਟਫ ਟੀਮ ਸੀਗੀ, ਇਹਨੇ ਕਾਫੀ ਵਧੀਆ ਵਧੀਆ ਟੀਮਾਂ ਨੂੰ ਹਰਾ ਕੇ ਇੱਥੋਂ ਤੱਕ ਪਹੁੰਚੇ ਆ ਅਤੇ ਜਿੱਤ ਕੇ ਜੋ ਖੁਸ਼ੀ ਹੈ ਉਹ ਅਲੱਗ ਹੀ ਮਹਿਸੂਸ ਕਰ ਰਿਹਾ ਸੀ। ਇੱਥੇ ਆਇਆ ਹੈਗਾ ਔਰ ਇੱਥੇ EME ਅਤੇ ASC ਜਲੰਧਰ ਦਾ ਮੈਚ ਦੇਖਿਆ ਕਿ ਬਹੁਤ ਹੀ ਇੰਟਰਸਟਿੰਗ ਮੈਚ, ਦੋਨੋਂ ਈਵਨਲੀ ਪੋਇਜ਼ਡ ਮੈਚ। ESC ਦੀ ਜਿੱਤ ਹੋਈ ਪਰ ਦੋਨਾਂ ਦਾ ਬਹੁਤ ਹੀ EME ਦੀ ਜਿੱਤ ਹੋਈ ਪਰ ਮੈਚ ਬੜਾ ਇੰਟਰਸਟਿੰਗ ਰਿਹਾ। ਨਾਭਾ ਤੋਂ ਸੁਖਚੈਨ ਸਿੰਘ, GVA ਪੰਜਾਬ ਦੇ ਲਈ।